ਹਾਂਜੀ ਵੈਲਕਮ ਟੂ ਅਨਦਰ ਬਲੌਗ ਤੇ ਸਾਰਿਆਂ ਨੂੰ ਪਰਪਰੀ ਸਤਿ ਸ੍ਰੀ ਅਕਾਲ। ਸਵੇਰ ਸਵੇਰ ਦਾ ਟਾਈਮ ਆ, ਠੀਕ ਆ, ਕੋਈ 7 ਅਰਾਊਂਡ 7 ਕੁ ਵਜੇ ਹੋਣਗੇ। ਤੇ ਹੁਣ ਬੈਲਟ ਸੈੱਟ ਚੱਕ ਕੇ ਲਿਆਂਦਾਗਾ ਤੇ ਜਿਹੜਾ ਮਤਲਬ ਕੰਧਾਂ ਕੁੰਧਾਂ ਜੀਆਂ ਕੱਢੀਆਂ ਨੇ ਇਹ ਤੇ ਪੈਪਾਂ ਉੱਪਰ ਖੜੀਆਂ ਕਰਨੀਆਂ, ਠੀਕ ਆ। ਤੇ ਮਤਲਬ ਤੇ ਬੈਲਟ ਬੈਲਡਿੰਗ ਕਰਨੀ ਆ ਤੇ ਬੈਲਟ ਸੈੱਟ ਕਰਦਿਆਂ ਦੀ ਚੱਕ ਕੇ ਲਿਆਉਣਾ, ਜਿਹੜਾ ਨਿਊ ਹੋਲਣਾ ਟਰੈਕਟਰ ਆ ਉਹਦੇ ਕੋਲ ਪਿਆ ਛੋਟਾ ਜਿਹਾ ਬੈਲਟ ਸੈੱਟ। ਚਲੀ ਜਿਹੜੀ ਹਵਾ ਚੱਲ ਰਹੀ ਹੈ ਬਿਲਕੁਲ ਮਸਤ ਚੱਲ ਰਹੀ ਹੈਗੀ, ਠੀਕ ਆ। ਤੇ ਨੈੱਟ 'ਤੇ ਤਾਂ ਸੀਗਾ 11 ਕੁ ਵਜੇ ਤੱਕ ਵੀ ਪਤਾ ਰਹਿਣਗੇ, ਤੇ ਉਹੀ ਗੱਲ ਆ, ਹਵਾ ਮਸਤ ਚੱਲੀ ਤੇ ਕਾਫੀ ਦਿਨਾਂ ਬਾਅਦ ਆਹ ਹਵਾ ਚੱਲੀ ਹੈਗੀ। A few moments later. ਦੂਜੇ ਪਾਸੇ ਹੋ ਰਹੀ ਹੈ ਨਰਮੇ ਉੱਪਰ ਸਪਰੇ, ਠੀਕ ਆ। ਅਤੇ ਇਹ ਪਤਾ ਨਹੀਂ ਕਾਹਦੀ ਹੁੰਦੀ ਹੈ ਸਪਰੇ, ਕਰਦਾ ਇਹ ਵਾਰੀ ਹੁੰਦੀ ਆ ਨਾ ਉਹਨੂੰ ਨਾ, ਮੈਨੂੰ ਪਤਾ ਨਹੀਂ। ਜਿਹੜਾ ਮਾਹੌਲ ਅੱਜ ਵਾਲਾ ਜਿਹੜਾ ਬੈਸਟ ਆ ਯਾਰ, ਹੈ ਨਾ। ਕਿੰਨੇ ਦਿਨਾਂ ਬਾਅਦ ਇੰਨੀ ਹਵਾ ਚੱਲੀ ਹੈਗੀ, ਮਤਲਬ ਬਾਹਰੇ ਅੰਦਰ ਨਾਲੋਂ, ਹੈ ਨਾ, ਕੂਲਰ ਥੱਲੇ ਆ ਪੱਖਿਆਂ ਨਾਲੋਂ ਤਾਂ ਇੱਥੇ ਵਧੀਆ ਬੈਸਟ ਦੀ ਤਰੀਕੇ ਦੇ, ਕਿੰਨੀ ਠੰਡੀ ਹਵਾ ਚੱਲ ਰਹੀ ਹੈ। ਅਤੇ ਇਸ ਕਰਕੇ ਲੋਕਾਂ ਨੇ ਮਤਲਬ ਅੱਜ ਘਰੋਂ ਬਾਹਰ ਨਿਕਲਿਆ ਲੋਕ, ਹੈ ਨਾ, ਅਤੇ ਅੱਜ ਹੀ ਸਪਰੇ ਕਰਨੀ ਸਟਾਰਟ ਕਰਤੀ, ਕਿਉਂਕਿ ਨਰਮਾ ਲਾਉਣਾ, ਹੈ ਨਾ, ਉਹ ਤੁਹਾਡੇ ਗੱਲ ਆ। ਚੱਲ ਨਰਮਾ ਬੀਜਦੇ ਅਤੇ ਨਰਮੇ ਦਾ ਇੱਕ ਹੋਰ ਫਾਇਦਾ ਵੀ ਹੈ, ਚਿੱਬੜਾਂ ਦੀਆਂ ਬੇਲਾਂ ਵਾਧੂ ਹੁੰਦੀਆਂ ਨੇ, ਬਸ ਸੀਲਣ ਵੇਲੇ, ਹੈ ਨਾ, ਇਹਨੂੰ ਵੱਢੇ ਨਾ, ਹੋਰ ਕੱਲੀਆਂ ਹੀ ਸਰਦੇ, ਬਾਕੀ ਸਾਰੇ ਕੱਖ ਪੱਟ ਪੁੱਟਦੇ ਪਏ, ਹੈ ਨਾ, ਦਸੰਬਰ ਦੇ। ਅਤੇ ਚਿੱਬੜਾਂ ਦੀਆਂ ਬੇਲਾਂ ਕਮ ਸੇ ਕਮ, ਹੈ ਨਾ, 50 ਬੇਲਾਂ ਹੋਣਗੀਆਂ ਚਿੱਬੜਾਂ ਦੀਆਂ ਨਜ਼ਾਰੇ, ਮਤਲਬ ਚਿੱਬੜ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦੇ ਆ। ਹਾਂਜੀ, ਅਤੇ ਬਾਈ ਦੇਖੋ ਆਪਣਾ iPhone 7 Plus ਆ ਚੁੱਕਿਆ, ਦੇਖ ਲਓ ਕੁਛ ਇੱਦਾਂ ਦੀ ਕੰਡੀਸ਼ਨ ਆ ਨਾ, ਦੇਖ ਲਓ ਚਾਰਜ ਨਹੀਂ ਹੈਗਾ, ਠੀਕ ਆ, ਅਵੇਲੇਬਲ। ਬਾਅਦ 'ਚੋਂ ਦੱਸਦਾ ਮੈਂ ਸਟੋਰੀ ਕਿੰਨੇ ਦਾ ਆਇਆ, ਹੈ ਨਾ, ਅਤੇ ਪਹਿਲਾਂ ਚਾਰਜ ਹੋਇਆ ਤਾਂ ਯਾਰ 19। ਹਾਂਜੀ, ਅਤੇ ਆਪਣਾ ਇਹ ਆਪਣਾ 7 Plus, ਠੀਕ ਆ, ਅਤੇ ਤੁਸੀਂ ਦੇਖ ਸਕਦੇ ਹੋ 7 Plus, ਅਤੇ ਕਵਰ ਚੜਿਆ ਬਲੈਕ ਕਲਰ ਆ, ਅਤੇ ਇਹ ਹੈਗਾ 128 GB, ਅਤੇ ਇਹ ਆਪਾਂ ਨੂੰ ਮਿਲਿਆ ਕੁਝ 24,000 ਦਾ, ਠੀਕ ਆ। ਅਤੇ ਗਰੰਟੀ ਇਹ 2 ਮਹੀਨੇ ਦੀ ਪਈ ਆ, ਅਤੇ ਤੁਹਾਨੂੰ ਜਦੋਂ ਲਿਆਉਂਦਾ, ਠੀਕ ਆ, ਬਲੌਗ ਬਣਿਆ ਨਹੀਂ ਗਾ, ਆਹ ਫੋਨ ਸੀਗਾ ਮਤਲਬ ਡਾਊਨ ਸੀਗਾ, ਲਾਈਟ ਨਹੀਂ ਸੀ, ਹੈ ਨਾ, ਪਾਵਰ ਇੱਕ ਘਰੇ ਭੁੱਲ ਗਏ, ਉੱਥੇ ਜਾ ਕੇ ਦੇਖਿਆ ਫਿਰ ਡਾਊਨ, ਅਤੇ ਫੋਨ ਬੰਦ ਹੋ ਗਿਆ, ਇਸ ਕਰਕੇ ਬਲੌਗ ਬਣਿਆ ਨਹੀਂ। ਅਤੇ ਦੇਖ ਲਓ ਆਈਫੋਨ ਜਿਹੜਾ ਪਹਿਲਾਂ 7 ਵਾਲਾ, ਉਹ ਵੀ ਹੈਗਾ ਹੁਣ, ਉਹ ਵੀ ਹੈਗਾ, ਮਤਲਬ ਫੋਨ ਕੁਛ ਨਹੀਂ ਵੇਚਿਆ ਵੁਚਿਆ, ਮਤਲਬ ਲਿਆਂਦਾ, ਅਤੇ ਕਾਫੀ ਬਲੈਕ ਕਲਰ ਆ, ਕਾਫੀ ਮਤਲਬ ਸਭ ਕੁਛ ਵਰਕਿੰਗ ਆ, ਵਿਦਆਊਟ ਖੁੱਲ੍ਹੀ ਆ, ਵਧੀਆ, ਹੈ ਨਾ, ਪਿਆ ਸਭ ਕੁਛ, ਠੀਕ ਹੈ ਯਾਰ, ਵਧੀਆ ਪ੍ਰਾਈਜ਼ ਮਿਲ ਗਿਆ ਬਾਕੀ। ਅਤੇ ਆਈਫੋਨ 7 ਅਤੇ 7 Plus ਨਾਲੋਂ ਕਾਫੀ ਜ਼ਿਆਦਾ ਡਿਫਰੈਂਸ ਆ, ਬਾਕੀ ਡੁਅਲ ਕੈਮਰਾ, ਹੈ ਨਾ, ਅਤੇ ਹੋਰ ਜਿਹੜੀ ਮੇਨ ਗੱਲ ਆ, ਅਤੇ ਉਹ ਸਾਈਜ਼ ਬਹੁਤ ਫਰਕ ਆ, ਸਾਈਜ਼ ਇਹਦਾ ਸਾਈਜ਼ ਦਾ ਫੀਲਿੰਗ ਆਉਂਦੀ, ਹੈ ਨਾ। ਅਤੇ ਬਿਲਕੁਲ ਮਸਤ ਜਿਹਾ ਸ਼ਾਮ ਦਾ ਟਾਈਮ ਹੋ ਚੁੱਕਿਆ, ਅਤੇ ਮਾਹੌਲ ਦੇਖ ਲਓ, ਹੈ ਨਾ, ਅਤੇ ਪਤਾ ਲਾਈਟ ਜਿੰਨੀ ਕਿੱਥੋਂ ਆ ਰਹੀ ਹੈ, ਦੇਖੋ
ਇਹਨੂੰ ਕਹਿੰਦੇ ਦਿਮਾਗ ਨਾਲ ਵੀਡੀਓ ਬਣਾਉਣੀ, ਠੀਕ ਆ। ਅਤੇ ਇਹ ਵੀਡੀਓ ਬਣ ਰਹੀ ਆ ਆਪਣੇ 7 'ਤੇ, ਪਲੱਸ 'ਤੇ ਨਹੀਂ, ਕਿਉਂਕਿ 7 ਪਲੱਸ ਦਾ ਅਜੇ ਮਤਲਬ ਜਿਹੜੀ ਐਪਲ ਆਈ ਡੀ ਹੁੰਦੀ ਉਹ ਬਣਾਉਣ ਰਹਿੰਦੀ ਆ, ਅਤੇ ਜਿਹੜੀ ਦੂਜੀ ਗੱਲ ਆ ਉਹਦਾ ਮਤਲਬ ਡਾਊਨ ਸੀਗਾ ਅਤੇ ਉਹ ਚਾਰਜ ਲੱਗਿਆ ਵਾ, ਅਤੇ ਉਹਦੀ ਥੋੜ੍ਹੀ ਜਿਹੀ ਬੈਟਰੀ ਵੱਡੀ, ਇਸ ਕਰਕੇ ਥੋੜ੍ਹਾ ਇਹਦੇ ਨਾਲ ਚਾਰਜ ਦਾ ਹੀ ਫਰਕ ਆ ਨਾ, ਸਲੋ ਹੁੰਦਾ ਹੈਗਾ, ਕਿਉਂਕਿ ਜੀ 7 ਪਲੱਸ ਦੀ ਬੈਟਰੀ 7 ਨਾਲੋਂ ਕਾਫੀ ਫਰਕ ਆ, ਅਤੇ ਸਕਰੀਨ ਦਾ ਵਾਲਾ ਫਰਕ ਆ ਨਾ ਯਾਰ, ਕਾਫੀ ਜ਼ਿਆਦਾ ਫਰਕ ਲੱਗਦਾ ਹੈਗਾ। ਅਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਨਾ, ਅਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣਾ, ਅਤੇ ਛੱਤ ਪੈ ਚੁੱਕੀ ਜਿਹੜਾ ਬਰਾਂਡੇ ਪਾਉਂਦੇ ਸੀਗੇ ਇਹਨਾਂ ਦੀ। ਅਤੇ ਚਲੋ ਫਿਰ ਆਪਾਂ ਨਾਲ ਹੀ ਅੱਜ ਦੇ ਵਲੌਗ ਦਿੱਤੀ ਕਰਦੇ ਐਂਡ 'ਤੇ, ਆਹ ਵਲੌਗ ਚੰਗਾ ਲੱਗਿਆ ਤਾਂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਚਲੋ ਫਿਰ ਆਪਾਂ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ, ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ। ਅਤੇ ਵਲੌਗ ਦੇ ਐਂਡ ਕਰਨ ਤੋਂ ਪਹਿਲਾਂ ਤੁਸੀਂ ਇੱਕ ਛੱਤ ਦੇਖ ਲਿਓ, ਉਹ ਤੁਹਾਨੂੰ ਮੈਂ ਇੱਕ ਕਲਿੱਪ ਵਿੱਚ ਪਾ ਦੂੰਗਾ, ਆਹ ਦੇਖ ਲਓ ਹੁਣ, ਅਤੇ ਇਹ ਤੋਂ ਬਾਅਦ ਸਿੱਧਾ ਐਂਡ ਕਰਾਂਗੇ। ਬਾਏ ਬਾਏ।